ਜੀ ਦੋਸਤੋ ਜ਼ੀਸ਼ਾਨ ਅਲੀ ਟੂਰਿਸਟ ਮੈਂਟੋਰ ਚੈਨਲ ਦੀ ਤਰਫੋਂ ਆ ਕਲੈਸ਼ਨ ਚਰਚ ਆ ਚਲਾਓ ਅੰਦਰ ਜਾ ਕੇ ਦੇਖਦੇ ਮੈਂ ਪਹਿਲਾਂ ਇੱਥੇ ਕਦੀ ਆਇਆ ਨਹੀਂ ਆ ਇਹ ਗ੍ਰੇਵਯਾਰਡ ਵੀ ਆ ਪੁਰਾਣਾ ਸਟੋਨ ਵਰਕ ਹੋਇਆ ਮੈਂ ਜਾ ਰਿਹਾ ਸੀਗਾ ਆਪਣੇ ਰੈਲੇਟਿਵ ਦੇ ਘਰ ਅਤੇ ਇੱਧਰੋਂ ਦੀ ਮੈਂ ਕਦੀ ਗਿਆ ਨਹੀਂ ਆ ਮੈਂ ਬੋਰਸ ਜਾ ਰਿਹਾ ਸੀਗਾ ਕਾਉਂਟੀ ਕਾਰਲੋ ਛੋਟਾ ਜਿਹਾ ਇੱਕ ਟਾਊਨ ਆ ਬੋਰਸ ਅਤੇ ਜੀ ਬੋਰਸ ਜਾ ਰਿਹਾ ਸੀ ਬੋਰਸ ਟਾਊਨ ਇੱਕ ਛੋਟਾ ਜਿਹਾ ਕਾਉਂਟੀ ਕਾਰਲੋ ਦਾ ਮੈਂ ਦੱਸ ਰਿਹਾ ਸੀ ਜਿੱਥੋਂ ਬੋਰਸ ਜੌਨਸਨ ਜਿਹੜਾ ਸੀ ਇੰਗਲੈਂਡ ਦਾ ਉਹਦੇ ਉਹਨੇ ਉਸ ਵਜ੍ਹਾ ਤੋਂ ਆਪਣਾ ਨਾਂ ਰੱਖਿਆ ਸੀ ਬੋਰਸ ਕਾਫੀ ਪੁਰਾਣਾ ਚਰਚ ਆ ਇਹ ਗ੍ਰੇਵਯਾਰਡ ਦਾ ਔਰ ਵਾਲ ਵੀ ਜਿਹੜੀ ਆ ਇਹਦੀ ਜਿਹੜੀ ਆ ਡੈਮੇਜ ਹੋ ਚੁੱਕੀ ਆ ਦੂਸਰੀ ਸਾਈਡ ਤੋਂ ਦੇਖਦੇ ਹਾਂ ਬਿਲਕੁਲ ਰੋਡ ਦੇ ਨਾਲ ਹੀ ਆ ਜਿਸ ਤਰ੍ਹਾਂ ਤੁਸੀਂ ਗ੍ਰੇਵ ਦੇਖ ਸਕਦੇ ਆ ਉਹ ਕਿਸੇ ਫਾਰਮਰ ਦਾ ਘਰ ਆ ਉਹਦੇ ਪਿੱਛੇ ਇੱਕ ਚਰਚ ਆ ਉਹ ਇੱਕ ਚਰਚ ਹੈਗਾ ਉੱਥੇ ਆਵੇ ਕਿਸੇ ਦੀ ਗ੍ਰੇਵ ਆ ਇਹਦੇ ਅੰਦਰੂਨੀ ਮਾਮਲਾ ਤਾਂ ਕਿਸੇ ਫੈਮਿਲੀ ਦੀ ਪੂਰੀ ਉਹਨਾਂ ਨੇ ਜਗ੍ਹਾ ਆ ਜਿਹੜੀ ਹੈ ਨਾ ਦੋਸਤੋ ਅਗਰ ਵੀਡੀਓ ਤੁਸੀਂ ਇੱਥੇ ਤੱਕ ਦੇਖੀ ਆ ਤਾਂ ਪਲੀਜ਼ ਇਹਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਅੰਟਿਲ ਨੈਕਸਟ ਵੀਡੀਓ ਤੱਕ ਮੈਨੂੰ ਇਜਾਜ਼ਤ ਦਿਓ ਅਤੇ ਮੁਲਾਕਾਤ ਹੋਊਗੀ ਜੀ ਨੈਕਸਟ ਵੀਡੀਓ ਦੇ ਨਾਲ ਦੁਆਵਾਂ 'ਚ ਯਾਦ ਰੱਖਣਾ ਜੀ